इस बस की टिकट तुसी देखो ahmedabad.com ते जाके बुक कर सकते हो। अति पर परसन चार्ज 500 रुपीज़ है जी। ਇਹ ਹੈ ਜੀ ਆਪਣੀ ਬੱਸ, ਦੇਖੋ ਗੁਜਰਾਤ ਟੂਰਿਜ਼ਮ ਬੱਸ, ਇਹਦਾ ਸਫ਼ਰ ਕਰਨਾ ਆਪਾਂ ਅੱਜ। ਸਾਬਰਮਤੀ ਆਸ਼ਰਮ, ਬਾਪੂ ਗਾਂਧੀ ਜੀ ਦੇ ਆਸ਼ਰਮ ਨੂੰ। ਜੇਕਰ ਤੁਸੀਂ ਜੰਮੂ ਅਤੇ ਦਿੱਲੀ ਨੂੰ ਵੀ ਘੁੰਮਣਾ ਚਾਹੁੰਦੇ ਹੋ, ਵਿਜ਼ਿਟ ਕਰਨਾ ਚਾਹੁੰਦੇ ਹੋ, ਤਾਂ ਸਾਡੇ ਚੈਨਲ ਤੇ ਜਾ ਕੇ ਉਹ ਵੀਡੀਓਜ਼ ਵੀ ਤੁਸੀਂ ਦੇਖ ਸਕਦੇ ਹੋ ਜੀ। ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਜੀ, ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ। ਆਓ ਚੱਲਦੇ ਹਾਂ ਆਪਾਂ ਇਸ ਬੱਸ ਨੂੰ ਵਿਜ਼ਿਟ ਕਰਦੇ ਹਾਂ ਜੀ। ਸਾਹਮਣੇ ਹੈ ਜੀ ਸਾਬਰਮਤੀ ਆਸ਼ਰਮ, ਬਾਪੂ ਗਾਂਧੀ ਜੀ ਦਾ ਆਸ਼ਰਮ ਬਣਿਆ ਹੋਇਆ ਜੀ। ਤੇ ਇਸ ਸਾਈਡ ਜਿਹੜੀ ਤੁਹਾਨੂੰ ਬੱਸ ਦੱਸੀ ਹੈ ਅਹਿਮਦਾਬਾਦ ਘੁਮਾਉਣ ਵਾਲੀ, ਉੱਥੇ ਆ ਕੇ ਰੁਕਦੀ ਹੈ ਜੀ। ਆਸ਼ਰਮ ਦੇ ਨਾ ਬਾਹਰ ਬਾਪੂ ਗਾਂਧੀ ਜੀ ਦੇ ਚਰਖੇ ਵੀ ਵਿਕਦੇ ਨੇ ਜੀ, 250 ਦਾ। ਜੇ ਤੁਸੀਂ ਆਪਣੇ ਘਰ ਵਾਸਤੇ ਖਰੀਦਣਾ ਹੋਵੇ ਤਾਂ ਇਸ ਜਗ੍ਹਾ ਤੋਂ ਖਰੀਦ ਸਕਦੇ ਹੋ ਜੀ। ਇਹ ਵੀਰ ਦੀ ਸ਼ੌਪ ਆ ਜੀ। ਆ ਜਾਓ ਆਪਾਂ ਚੱਲਦੇ ਹਾਂ ਹੁਣ ਬੱਸ ਦੇ ਅੰਦਰ, ਬੈਠਦੇ ਹਾਂ ਚੱਲ ਕੇ, ਨਾਲੇ ਬੱਸ ਨੂੰ ਕਰਦੇ ਹਾਂ ਐਕਸਪਲੋਰ, ਅਤੇ ਆਪਣੇ ਸਾਥੀਆਂ ਨੂੰ ਜਿਨ੍ਹਾਂ ਨੇ ਆਪਣੇ ਨਾਲ ਜਾਣਾ ਉਹਨਾਂ ਨੂੰ ਮਿਲਦੇ ਹਾਂ ਜੀ। ਆਓ ਚੱਲੀਏ। Till up to 1970, after 70 we shift our capital city from Ahmedabad to Gandhinagar. Gandhinagar was planned by one of the architects. ਹੁਣ ਆਪਾਂ ਬੱਸ ਦੇ ਵਿੱਚ ਹਾਂ ਜੀ। ਇੱਥੇ ਤੁਹਾਨੂੰ ਸਾਰੀ ਫੈਸਿਲਿਟੀਜ਼ ਮਿਲ ਜਾਣਗੀਆਂ, ਜਿਵੇਂ ਮਾਈਕ੍ਰੋਵੇਵ, ਫਰਿੱਜ, ਅਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਕੰਫਰਟੇਬਲ ਸੀਟਸ ਨੇ ਇੱਥੇ, ਅਤੇ ਸਾਈਡਸ 'ਤੇ ਬਲਾਈਂਡਸ ਨੇ, ਜੇ ਆਪਾਂ ਧੁੱਪ ਲੱਗੇ ਤਾਂ ਆਪਾਂ ਉਹਨਾਂ ਨੀਚੇ ਕਰ ਸਕਦੇ ਹਾਂ। ਨੀਚੇ ਹਿਊਮਨ ਦੁਆਰਾ ਬਣਾਏ ਗਏ ਏਸੀ ਨੇ, ਅਤੇ ਆਓ ਹੁਣ ਚੱਲਦੇ ਹਾਂ। ਨੇਚਰ ਦੁਆਰਾ ਬਣਾਏ ਗਏ ਏਸੀ, ਮਤਲਬ ਨੈਚੁਰਲ ਹਵਾ ਦੇ ਵਿੱਚ ਚੱਲਦੇ ਹਾਂ, ਅਤੇ ਉੱਪਰੋਂ ਵੀ ਬੱਸ ਨੂੰ ਦੇਖਦੇ ਹਾਂ ਜੀ। ਆਓ ਚੱਲਦੇ ਹਾਂ ਜੀ। ਇਹ ਬੱਸ ਨੂੰ ਉੱਪਰ ਜਾਣ ਦਾ ਰਸਤਾ ਜੀ। ਤੁਸੀਂ ਦੇਖ ਸਕਦੇ ਹੋ ਅੱਜ ਬਹੁਤ ਹੀ ਸਨੀ ਡੇ ਹੈ, ਅਤੇ ਇਹ ਸਾਡੇ ਸਾਥੀ ਨੇ ਜਿਨ੍ਹਾਂ ਨੇ ਸਾਡੇ ਨਾਲ ਟਰੈਵਲ ਕਰਨਾ ਇਸ ਪੂਰੀ ਜਰਨੀ ਦੇ ਵਿੱਚ, ਅਤੇ ਤੁਸੀਂ ਵੀ ਸਾਡੇ ਸਾਥੀ ਹੋ ਅਤੇ ਸਾਡੇ ਨਾਲ ਪੂਰੀ ਜਰਨੀ ਦੇ ਵਿੱਚ ਬਣੇ ਰਹੋ। ਇਹ ਤੁਸੀਂ ਬੱਸ ਦਾ ਐਕਸਟੀਰੀਅਰ ਦੇਖ ਸਕਦੇ ਹੋ, ਉੱਪਰ ਦੀ ਸਾਈਡ 'ਤੇ ਸੀਟਸ ਨੇ, ਕਿਉਂਕਿ ਇਹ ਡਬਲ ਡੈਕਰ ਬੱਸ ਹੈ। ਐਂਡ ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ, ਬਿਨਾਂ ਸਕਿੱਪ ਕੀਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਜੀ। ਇੱਕ ਹੋਰ ਰੋਚਕ ਤੱਤ ਦੱਸਣ ਜਾ ਰਹੇ ਹਾਂ ਤੁਹਾਨੂੰ, ਕਿ ਜਿਹੜਾ ਅਹਿਮਦਾਬਾਦ ਹੈ ਇਹਦਾ ਕਾਈਟ ਫੈਸਟੀਵਲ ਯਾਨੀ ਪਤੰਗ ਉਤਸਵ ਬਹੁਤ ਹੀ ਫੇਮਸ ਹੈ ਪੂਰੇ ਵਰਲਡ ਵਾਈਡ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ। ਜਦੋਂ ਵੀ ਤੁਹਾਨੂੰ ਮੌਕਾ ਲੱਗੇ ਤਾਂ 6 ਜਨਵਰੀ ਨੂੰ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਅਤੇ ਪਤੰਗ ਉਤਸਵ ਨੂੰ ਜ਼ਰੂਰ ਦੇਖਿਓ। ਬੱਸ ਦੇ ਉੱਪਰ ਬੈਠਣ ਸਮੇਂ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਕਈ ਜਗ੍ਹਾ ਅਜਿਹੀਆਂ ਹਨ ਜਿੱਥੇ ਦਰੱਖਤਾਂ ਦੀਆਂ ਟਾਹਣੀਆਂ ਆਪਣੇ ਵਿੱਚ ਲੱਗਦੀਆਂ ਹਨ, ਇਸ ਲਈ ਸੇਫਟੀ ਰੱਖਣੀ ਬਹੁਤ ਜ਼ਰੂਰੀ ਹੈ। ਹੁਣੀ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੇ ਹਾਂ, ਜਿਵੇਂ ਤੁਸੀਂ ਸਾਹਮਣੇ ਪੇੜ ਦੇਖ ਰਹੇ ਹੋ ਇਹ ਵਿੱਚ ਨੂੰ ਆ ਕੇ ਲੱਗੇਗਾ, ਇਸ ਲਈ ਤੁਹਾਨੂੰ ਸੇਫਟੀ ਰੱਖਣੀ ਬਹੁਤ ਜ਼ਰੂਰੀ ਹੈ ਜੀ। ਵੈਲਕਮ ਟੂ ਅਹਿਮਦਾਬਾਦ, ਵੈਲਕਮ ਟੂ ਗੁਜਰਾਤ। ਅਹਿਮਦਾਬਾਦ ਇਜ਼ ਦ ਕੈਪੀਟਲ ਸਿਟੀ ਆਫ ਗੁਜਰਾਤ। Till up to 1970. After 70, we shift our capital city from Ahmedabad to Gandhinagar. Gandhinagar is town plan by Ganesh. Who town plan? Gandhinagar. Gandhinagar was town plan by one of the world best architects, Le Corbusier. Le Corbusier town plan in India two play. One is Gandhinagar. Second is Chandigarh, and third is, can you guess? If I ask you, can you guess? So don't think I'm taking a test. I'm sharing my knowledge with you.
Because last 23 years ago, I'm in this train. You could raise any of your hand. You say, what is this or what is that? I will give you 15 minute commentary on that question. Who needs that? Okay? Anything, if you want my knowledge, I will show you, I will explain you. So Gandhinagar was town planned by Nakar Bozie, Ahmedabad, Gandhinagar first, second Chandigarh, third, is it Islamabad? Islamabad. Yes. Because before 70, the Pakistan capital city is Karachi. After 70, they shift to Islamabad. Same Ahmedabad capital city before 70 is Ahmedabad. After 70, Gandhinagar. 1411, he crossed the Sabarmati River. 600 years before, he crossed. When he crossed, there is a big jungle. When it's a big jungle, they cut lot of trees. When they cut lot of trees, the birds fly away. When the birds fly away, the Hindu people feel bad. This is not good. We cut lot of trees. For us, for our home, we destroyed many, many nests of the birds and many other things. Same to that bird feeder, to that tower. Is it in Gujarati? Can you guess? Chabutro. जिसमें थोड़े से दाने रख के परिंदे वापस आना इस कॉल चबूतरो एज ए गुजराती लैंग्वेज वी आर इन गुजरात सो स्टेट लैंग्वेज ताने आगे सर बचा के पाजी सिर च टाने लगते ने भाई कई जगह ये देख के चलना जानी सवारी अपने समान दी आप जिम्मेवार है दोबारा फिर तो पतंग नु कन्नी दंदा होया बंदा देखो सामने तुसी जिवें आपां कहिंदे पतंग छड्डी ते ओ बनिया होया देखो तुसी ਇਹ ਸਾਡੇ ਸਾਥੀ ਨੇ ਬੱਸ ਦੇ ਵਿੱਚ ਸਫ਼ਰ ਕਰ ਰਹੇ ਨੇ ਸਾਡੇ ਨਾਲ ਜੀ ਕੁਛ ਇੰਡੀਅਨ ਨੇ ਕੁਛ ਫੋਰਨਰ ਨੇ ਲਾਈਟ ਹੋਈ ਹੋਈ ਆ ਸਿਗਨਲ ਹੋਇਆ ਹੋਇਆ ਆ ਲਓ ਜੀ ਦੁਬਾਰਾ ਉਹੀ ਆ ਗਿਆ ਪਤੰਗ ਨੂੰ ਕੰਨੀ ਦਿੰਦਾ ਹੋਇਆ ਬੰਦਾ ਹੁਣ ਜੀ ਬਸ ਪਹਿਲੇ ਸਟਾਪ ਤੇ ਰੁਕ ਚੁੱਕੀ ਹੈ ਅਤੇ ਅਸੀਂ ਬੱਸ 'ਚ ਉਤਰ ਚੁੱਕੇ ਹਾਂ ਤੁਹਾਨੂੰ ਇਸ ਪਲੇਸ ਨੂੰ ਵਿਜ਼ਿਟ ਕਰਾਵਾਂਗੇ ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ ਤੁਸੀਂ ਸਾਨੂੰ ਫੋਲੋ ਕਰਦੇ ਰਹੋ ਪੂਰੀ ਵੀਡੀਓ ਦੇ ਐਂਡ